ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਲਖਮੀਰ ਕੇ ਹਿਠੇਰ ਵਿਖੇ ਪੁਲਿੰਗ ਬੂਥ ਤੇ ਹੋਈ ਹਿੰਸਕ ਝੜਪ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ। ਕੁਝ ਅਣਪਛਾਤਿਆਂ ਵੱਲੋਂ ਪੁਲਿੰਗ ਬੂਥ ਅੰਦਰ ਦਾਖਲ ਹੋ ਕੇ ਬੈਲਟ ਬਾਕਸ ਨੂੰ ਅੱਗ ਲਗਾ ਦਿੱਤੀ ਗਈ। ਕੀ ਹੋਇਆ ਜੀ? ਵੀ ਮਨਪ੍ਰੀਤ ਦੇ ਤਾਂ ਬੰਦਾ ਰੀਮੇਕ ਆ ਜੋ ਧੱਕਾ ਜ਼ਰੂਰ ਕਰਕੇ ਗਿਆ, ਇੱਥੇ ਪੁਲਿਸ ਵਾਲਿਆਂ ਦੋ ਬੰਦੇ ਟਪਾਏ ਨੇ ਕਾਪੇ ਜ਼ਰੂਰ, ਮੈਂ ਅੱਖੀ ਗਵਾਹ ਇੱਥੇ ਪੁਲਿਸ ਵਾਲੇ ਦਿਸਦੇ ਨਹੀਂ ਪਏ ਮੈਨੂੰ। ਅੱਛਾ ਨਹੀਂ ਤੇ ਉਹ ਜਿਹੜੀ ਕੌਣ ਮਰਿਆ ਕੌਣ ਹੈ, ਕਿਹਨੇ ਦੀ ਗੱਡੀ ਚਲਾਈ? ਸਾਡਾ ਪਾਲਜੀ ਦਾ ਭਮਿੰਦਰ ਸਿੰਘ। ਅੱਛਾ ਉਹਨੇ ਦੀ ਗੱਡੀ ਚਲਾਈ ਗਈ? ਹਾਂਜੀ। ਤੇ ਕਿੰਨੀ ਉਮਰ ਦਾ ਸੀਗਾ? ਉਮਰ ਕਿੰਨੀ? ਉਮਰ 50 ਸਾਲ। ਨਾਲ ਸਾਰਾ ਵੀ ਇੱਕ ਪਹਿਲਾਂ ਜਾਂਗਾ ਛੋਟੇ ਬੱਚੇ ਨੇ ਬਾਅਦ ਚ ਜਾਣ ਲੈ ਗੱਡੀ ਚੜੀ। ਹਾਂਜੀ ਪਹਿਲਾਂ ਛੋਟਿਆਂ ਮਾਰੇ ਨੇ ਛੋਟਿਆਂ ਨੇ ਮਹਿੰਦਰ ਸਿੰਘ ਨੂੰ, ਬਾਅਦ ਜਾਣ ਲੱਗਿਆ ਨਾ ਗੱਡੀ ਚੜਾਈ ਉਹਨਾਂ ਉੱਤੇ। ਉਹ ਬੰਦੇ ਕਿੱਥੋਂ ਸੀਗੇ? ਬਾਹਰ ਦੇ ਸੀਗੇ? ਬਾਹਰ ਦੇ ਸੁਖਦੇਵ ਸਿੰਘ ਸਾਹਿਬ ਦੇ ਬੁਲਾਏ ਨੇ। ਤੁਸੀਂ ਇਹ ਦੱਸੋ ਬੈਲਟ ਬਾਕਸ ਨਾਲ ਕੀ ਘਟਨਾ ਵਾਪਰੀ ਹੈ, ਇਹ ਦੱਸੋ ਵੇਖਣ ਤੋਂ ਬਾਅਦ ਵੀ। ਬੈਲਟ ਬਾਕਸ ਨਾਲ ਸਰ ਮੈਂ ਕੀ ਦੱਸਾਂ ਜੀ, ਸਾਰੇ ਇੱਥੇ ਉਦੋਂ ਮੌਜੂਦ ਸੀ। ਚਲੋ ਆਓ ਆਪਾਂ ਅੰਦਰ ਦੇਖਦੇ ਹਾਂ ਕੀ ਵਾਪਰਿਆ ਹੈ। ਅੰਦਰ ਤੁਸੀਂ ਕਿੰਨੇ ਜਣੇ ਆਏ ਸੀ ਜੀ? ਸਰ 12 ਤੋਂ 13 ਬੰਦੇ ਸੀਗੇ ਜੀ, ਅੰਦਾਜ਼ਾ ਇੰਨਾ ਸੀਗਾ। ਬਾਹਰ ਜਿਹੜੇ 60-70 ਬੰਦੇ ਸੀ। ਅੰਦਰ ਆ ਕੇ ਕੀ ਕੀਤਾ ਉਹਨਾਂ ਨੇ? ਅੰਦਰ ਆ ਕੇ ਸਰ ਜਿਹਨੇ ਇਹਦੇ ਧੱਕਾ ਦਿੱਤਾ ਮੈਨੂੰ ਵੀ ਤੇ ਇਹਨੂੰ ਵੀ, ਅੰਦਰ ਚਲੇ ਗਏ। ਅਸੀਂ ਫੋਰਸ ਆਪਣੀ ਬੁਲਾਉਣ ਨੂੰ ਕੋਸ਼ਿਸ਼ ਕਰੋ, ਸਾਨੂੰ ਪਤਾ ਵੀ ਗੜਬੜ ਹੋ ਗਈ ਤੇ ਅਸੀਂ ਫੋਰਸ ਆਪਣੀ ਬੁਲਾ ਰਹੇ ਸੀ। ਉਸ ਤੋਂ ਬਾਅਦ ਦੋ ਤਰ੍ਹਾਂ ਵਿੱਚ ਡਾਂਗਾ ਸੋਟਾ ਚੱਲ ਪਿਆ। ਮ੍ਰਿਤਕ ਵਿਅਕਤੀ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਿੰਗ ਪਾਰਟੀ ਅਤੇ ਪੁਲਿਸ ਪਾਰਟੀ ਵੱਲੋਂ ਸ਼ਰਾਰਤੀ ਅੰਸਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਘਟਨਾ ਨੂੰ ਅੰਜਾਮ ਦੇ ਕੇ ਮੌਕੇ 'ਤੇ ਫਰਾਰ ਹੋ ਗਏ ਅਤੇ ਦੋਵਾਂ ਧਿਰਾਂ ਹੀ ਕਾਂਗਰਸੀ ਪਾਰਟੀ ਨਾਲ ਸੰਬੰਧ ਰੱਖਦੀਆਂ ਸਨ। ਸੂਚਨਾ ਮਿਲ ਰਹੀ ਹੈ SSP ਪ੍ਰੀਤਮ ਸਿੰਘ, DC ਦਲਵਿੰਦਰ ਸਿੰਘ ਅਤੇ IG ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਹਨਾਂ ਵੱਲੋਂ ਇੱਥੋਂ ਆ ਕੇ ਜਿਹੜੀ ਕਿ ਬੂਥ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈਗੀ। ਬੂਥ ਕੱਟਣ ਤੋਂ ਜਦੋਂ ਬਾਅਦ ਉਹ ਭੱਜੇ ਆ ਦਿੱਤੋ, ਉਹਨਾਂ ਨੇ ਜਦੋਂ ਫਿਰ ਜਦ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੇ ਵਿੱਚ ਇੱਕ ਬੰਦਾ ਵੀ ਲੱਗਿਆ ਹੈਗਾ। ਅੱਗ ਲੱਗਣ ਦੀ ਕੀ ਘਟਨਾ ਜੀ? ਇਹ ਸਾਰੇ ਕਿਉਂਕਿ ਅੱਗ ਨਹੀਂ ਇੱਦਾਂ ਲੱਗੀ ਹੈਗੀ, ਜਸਟ ਉਹਨਾਂ ਨੇ ਬੂਥ ਕੱਟਣ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਕਰਕੇ, ਪਰ ਫਿਰ ਵੀ ਸਾਡੇ ਵਾਸਤੇ ਸਾਰੇ ਵਾਸਤੇ ਬਹੁਤ ਮਾੜੀ ਗੱਲ ਹੈਗੀ। ਗੁੰਡਾਗਰਦੀ ਕਰਕੇ ਬੰਦੇ ਮਾਰ ਕੇ ਦੂਸਰਾ ਜਿਹੜਾ ਵੀ ਆਦਮੀ ਦੇ ਪਰਿਵਾਰ ਦਾ ਜਿਹੜਾ ਕੈਜੂਅਲਟੀ ਹੋਈ ਹੈ ਉਹ ਸਾਨੂੰ ਸਾਰਿਆਂ ਨੂੰ ਅਫਸੋਸ ਹੈ ਵੀ ਕਿਸੇ ਸਰ ਸੈਂਸਟਿਵ ਲੈ ਕੇ ਇਹਨਾਂ ਨੇ ਪਹਿਲਾਂ ਵੀ ਕੰਪਲੇਂਟ ਕੀਤੀ ਹੋਈ ਸੀ ਵੀ ਅਸੀਂ ਸੈਂਸਟਿਵ ਹੈਗੇ। ਸਰ ਸੈਂਸਟਿਵ ਬੂਥ ਹੋਣ ਦੇ ਬਾਵਜੂਦ ਗੈਂਗਸਟਰ ਦੀ ਐਂਟਰੀ ਇੰਨੇ ਵੱਡੇ ਤਾਦਾਦ ਦੇ ਵਿੱਚ ਪੁਲਿਸ ਨੂੰ ਫੇਲੀਅਰ ਨੂੰ ਮੰਨਦੇ ਤੁਸੀਂ? ਮਿਸਅਪਲੀ ਤਾਂ ਕਿਤੇ ਵੀ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਹੁੰਦਾ ਕੋਈ ਵੀ ਪੋਲਿੰਗ ਬੂਥ ਜਿਹੜਾ ਸੈਂਸਟਿਵ ਹੈਗਾ ਜਾਂ ਨੋਨ ਸੈਂਸਟਿਵ ਹੈਗਾ ਜਾਂ ਆਰਡਨਰੀ ਹੈਗਾ, ਜੇ ਆਰਡਨਰੀ 'ਤੇ ਘਟਨਾ ਵਾਪਰ ਗਈ ਹੈ ਤਾਂ ਸੈਂਸਟਿਵ ਬਣ ਗਿਆ ਜਾਂ ਸੁਪਰ ਸੈਂਸਟਿਵ ਬਣ ਗਿਆ। ਇਹਦਾ ਜੋ ਵੀ ਲੋੜੀਂਦੇ ਪ੍ਰਬੰਧ ਸੀ ਅਸੀਂ ਸਾਰੇ ਉੱਥੇ ਕੀਤੇ ਹੋ ਗਏ ਸੀ, ਫਿਰ ਵੀ ਮਿਸਅਪਲੀ ਹੋ ਗਈ ਹੈਗੀ ਤਾਂ ਇਸ ਵਾਸਤੇ ਬਹੁਤ ਪੋਲਿੰਗ ਬੰਦ ਕਰਾ ਦਿੱਤੀ ਹੈ ਜੀ। ਇਲੈਕਸ਼ਨ ਕਮਿਸ਼ਨ ਰਿਪੋਰਟ ਭੇਜ ਰਹੇ ਹਾਂ, ਜਦੋਂ ਵੀ ਜਦੋਂ ਦੁਬਾਰਾ ਡੇਟ ਫਿਕਸ ਹੋਗੀ ਤਾਂ ਦੁਬਾਰਾ ਰਿਪੋਰਟ। ਹੋਰ ਕਿੰਨੀ ਜਗ੍ਹਾ ਦੀ ਸ਼ਿਕਾਇਤ ਆਈ ਹੈ? ਹੋਰ ਕੋਈ ਨਹੀਂ ਸਰ, ਹੋਰ ਵੀ ਇਲਾਕੇ ਕਿਤੇ ਕੋਈ ਘਟਨਾ ਹੈ ਜੀ? ਸਰ ਜੇ ਪੁਲਿਸ ਦੀ ਗੱਲ ਕੀਤੀ ਜਾਵੇ ਸਰ, ਸਿਰਫ 4 ਜਵਾਨ ਹੀ ਸੀਗੇ ਡਿਊਟੀ ਦੇ ਉੱਤੇ ਤੈਨਾਤ ਸੀਗੇ, ਲੱਗਦਾ ਨਹੀਂ ਵੀ ਸੈਂਸਿਟਿਵ ਹੋਣਦੇ ਨਾਲ ਤੇ ਜ਼ਿਆਦਾ। ਦੇਖੋ ਸਿੰਗਲ ਬੂਥ ਹੈਗਾ ਸੀ, ਸਿੰਗਲ ਬੂਥ 'ਤੇ ਨੋਮ ਜਿਹੜਾ ਹੈਗਾ 2 ਦਾ ਹੈ, ਲੇਕਿਨ ਫਿਰ ਵੀ ਅਸੀਂ 4 ਜਵਾਨ ਲਾਏ ਹੈਗੇ ਸੀ ASI ਨਾਲ ਹੈਗਾ। ਜਿੱਥੋਂ ਤੱਕ ਗੱਲ ਕਰੀਏ ਕ੍ਰਾਈਮ ਦੀ, ਬੂਥ ਕੈਪਚਰਿੰਗ ਕੀਤੀ ਗਈ ਹੈ, ਬੰਦੇ ਆਈਡੈਂਟੀਫਾਈਡ ਨੇ, ਅਸੀਂ ਇਮੀਜੀਏਟਲੀ ਫੜ ਲੈਣੇ ਹੈਗੇ ਨੇ, ਔਰ ਜਿਹੜੀ ਉਹ ਗੱਡੀ ਮਾਰ ਕੇ ਗਏ ਨੇ ਜਿਹਦੇ ਨਾਲ ਡੈਥ ਹੋਈ ਹੈ ਮਹਿੰਦਰ ਸਿੰਘ ਦੀ, ਅਸੀਂ ਬੰਦੇ ਸਾਰੇ ਆਈਡੈਂਟੀਫਾਈਡ ਨੇ, ਬੰਦੇ ਫੜ ਲੈਣੇ। ਸਰ ਸੱਤਾਧਾਰੀ ਜਿਹੜੇ ਮਤਲਬ ਇਲਜ਼ਾਮ ਲੱਗਦੇ ਪਏ ਵਿਧਾਇਕ ਦੇ ਮਤਲਬ ਸਮਰਥਕ ਨੇ, ਵੀ ਕੀ ਕਾਰਵਾਈ ਹੋਏਗੀ? ਹਰੇਕ 'ਤੇ ਕਾਰਵਾਈ ਹੋਏਗੀ ਜੀ, ਬੰਦੇ ਕਿਉਂਕਿ ਆਈਡੈਂਟੀਫਾਈਡ ਨੇ, ਜਿਹੜੀ ਵੀ ਕੋਈ ਵੀ ਹੋਏਗਾ ਉਸਦੇ 'ਤੇ ਕਾਰਵਾਈ ਹੋਏ। ਮੁਲਾਜ਼ਮਾਂ 'ਤੇ ਵੀ ਸੱਟਾਂ ਲੱਗੀਆਂ ਗਈਆਂ ਕੁਝ? ਸਰ ਕਿੰਨੇ ਟੋਟਲ ਮਤਲਬ ਕਿ ਡੈਥ ਹੋਈ ਹੈ, ਜ਼ਖਮੀ ਕਿੰਨੇ ਹੋਏ, ਜਿਹੜੀ ਤੁਹਾਡੀ ਜਾਣਕਾਰੀ ਮੁਤਾਬਕ? ਨਹੀਂ ਅਜੇ ਇੰਜਰਡ ਦੀ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ। ਹੈਲੋ, ਕਿੰਨੇ ਬੰਦੇ ਨਾਮਜ਼ਦ ਕਰ ਰਹੇ ਹੋ? ਫਿਲਹਾਲ ਤਾਂ 8 ਬੰਦੇ ਆਈਡੈਂਟੀਫਾਈ ਹੋਏ ਹੈਗੇ ਨੇ, ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਚਾਹੇਗਾ ਉਹਨਾਂ ਨੂੰ ਫੜ ਲਿਆ ਜਾਏਗਾ। ਲੋਕਲ ਕਿੰਨੇ ਕਾਰਵਾਈ ਉਹ ਮਤਲਬ ਮਾਮਲਾ ਦਰਜ ਕਰਤਾ ਜੀ? ਕੇਸ ਰਜਿਸਟਰ ਕਰ ਰਹੇ ਹੈਗੇ ਆ, ਕੇਸ ਰਜਿਸਟਰ। ਇਹਨਾਂ ਦੇ ਲੋਕਲ ਕਿੰਨੇ ਹੈਗੇ ਜੀ? ਇਹਨਾਂ ਦੇ ਲੋਕਲ ਹੀ ਨੇ ਬੰਦੇ, ਜ਼ਿਆਦਾ ਲੋਕਲ ਹੀ ਹੈਗੇ ਨੇ। ਨਹੀਂ ਇਹ ਮੈਂ ਨਹੀਂ ਦੱਸ ਸਕਦਾ। ਵਿਸ਼ਾਲ ਜੀ ਸਰ, ਹੋਰ ਕਿਤੋਂ ਕਿਤੋਂ ਸ਼ਿਕਾਇਤਾਂ ਆਈਆਂ? ਹੋਰ ਵੀ ਕਈ ਜਗ੍ਹਾ ਤੇ ਬਾਕੀ ਪੀਸਫੁਲ ਚੱਲ ਰਿਹਾ। ਸੁੰਦਰ ਸਾਹਿਬ ਕੋਲ ਸ਼ੂਗਰ ਹੈ, ਇਹ ਨਾਮੀ ਸ਼ੂਗਰ ਹੈ ਅੰਦਰ ਨਾ? ਹਾਂ ਬਾਈ ਫਿਰ ਇਨਵੈਸਟੀਗੇਸ਼ਨ ਜਾਏਗਾ ਫਰਦਰ ਕੀ ਹੈਗਾ ਜਿਹਦਾ ਪੀਸ ਤੇ ਅੰਦਰ। ਸਰ ਇੰਨੀਆਂ ਗੱਡੀਆਂ ਲੈ ਕੇ ਪਿੰਡ ਦੇ ਵਿੱਚ ਦਾਖਲ ਹੋਣਾ, ਕੀ CID ਜਾਂ ਮਤਲਬ ਕਿ ਕੋਈ ਹੋਰ ਜਿਹੜੇ ਸੋਰਸ ਸੀਗਾ ਤੁਹਾਡੇ, ਉਹ ਸਾਰੇ ਕਲੀਅਰ ਹੋ ਗਏ? ਨਹੀਂ, ਇਲੈਕਸ਼ਨ ਦਾ ਮਾਹੌਲ ਹੈਗਾ, ਇਲੈਕਸ਼ਨ ਦੇ ਮਾਹੌਲ ਦਾ ਵੋਟਾਂ ਪਾਉਣ ਵੀ ਆਉਣਾ, ਬਾਹਰੋਂ ਵੀ ਲੋਕ ਆਉਂਦੇ ਹੈਗੇ ਨੇ, ਉਹ ਇਹੀ ਗੱਲ।
ਅਲਰਟ ਹੈ ਬਿਲਕੁਲ ਅਲਰਟ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਾਂਗੇ ਕੀ ਹੋਇਆ ਇਲੈਕਸ਼ਨ ਦੁਬਾਰਾ ਨਹੀਂ ਹੋਣਾ ਚਾਹੀਦਾ ਸਾਨੂੰ ਸਾਡਾ ਹੱਕ ਚਾਹੀਦਾ ਸਾਨੂੰ ਨਿਆਂ ਚਾਹੀਦਾ ਜੀ ਹਥਿਆਰ ਮਿਲਣਾ ਚਾਹੀਦਾ ਪੁਲਿਸ ਨੇ ਪੋਲਿੰਗ ਬੂਥ ਨੂੰ ਹਿਰਾਸਤ ਵਿੱਚ ਲੈ ਕੇ ਵੋਟਿੰਗ ਬੰਦ ਕਰ ਦਿੱਤੀ ਸੁਖਚੈਨ ਸਿੰਘ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਫਿਰੋਜ਼ਪੁਰ